ਸੋਤ ਜੀਰੀ ਗਾਲ ਦੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ 28 ਜਨਵਰੀ ਦੀ ਲੈ ਕੇ ਹਾਜ਼ਰਾਂ ਕਿ ਅੱਜ ਦੇਰ ਸ਼ਾਮ ਤੋਂ ਲੈ ਕੇ ਕੱਲ ਸਵੇਰ ਤੱਕ ਕੀ ਮੌਸਮ ਪੰਜਾਬ ਦੀ ਹਲਚਲ ਹੋਵੇਗੀ ਹਵਾਵਾਂ ਤਾਪਮਾਨ ਧੁੰਦ ਸਾਰੀ ਜਾਣਕਾਰੀ ਜੋ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਜਿਵੇਂ ਕਿ ਦੇਖਿਆ ਕਿ ਦਿਨ ਦੇ ਵਿੱਚ ਮੌਸਮ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਸਾਫ ਚੰਗੀ ਧੁੱਪ ਵਾਲਾ ਦੇਖਣ ਨੂੰ ਮਿਲਿਆ ਹੈ ਜਿਵੇਂ ਕਿ ਆਪਾਂ ਪਹਿਲਾਂ ਵੀ ਦੱਸਿਆ ਸੀ ਕਿ 27-28 ਜਨਵਰੀ ਦੇ ਆਸ-ਪਾਸ ਤੋਂ ਪੰਜਾਬ ਦੇ ਵਿੱਚ ਧੁੱਪ ਲੱਗਣੀ ਸ਼ੁਰੂ ਹੋ ਜਾਵੇਗੀ ਤਾਂ ਉਸੇ ਦਿਨ ਅੱਜ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਚੰਗੀ ਤੇਜ਼ ਧੁੱਪ ਦੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਕਈ ਥਾਂ ਠੰਡ ਤੋਂ ਰਾਹਤ ਦੇਖਣ ਨੂੰ ਮਿਲੀ ਹੈ ਪੰਜਾਬ ਦੇ ਵਿੱਚ ਕਾਫੀ ਲਗਭਗ 20-25 ਦਿਨਾਂ ਦੇ ਬਾਅਦ ਤੱਕ ਕਈ ਹਿੱਸਿਆਂ ਦੇ ਵਿੱਚ ਧੁੱਪ ਦੇਖਣ ਨੂੰ ਚੰਗੇ ਰੂਪ ਵਿੱਚ ਮਿਲੀ ਹੈ ਤਾਂ ਹਵਾਵਾਂ ਜਿਵੇਂ ਕਿ ਚੱਲਦੀਆਂ ਰਹੀਆਂ ਨੇ ਦਿਨ ਦੇ ਵਿੱਚ ਤੇਜ਼ ਉੱਤਰ ਪੱਛਮ ਦਿਸ਼ਾ ਤੋਂ ਤਾਂ ਸ਼ਾਮ ਦੇ ਵੇਲੇ ਤੋਂ ਹਵਾਵਾਂ ਨੂੰ ਥੋੜੀ ਜਿਹੀ ਠੱਲ ਪਵੇਗੀ ਰਾਤ ਸਮੇਂ ਹਲਕੀਆਂ ਹਲਕੀਆਂ ਹਵਾਵਾਂ ਚੱਲਣਗੀਆਂ ਜਿਆਦਾ ਤੇਜ਼ ਨਹੀਂ ਹੋਣਗੀਆਂ ਜਿਨ੍ਹਾਂ ਦੀ ਗਤੀ 3 ਤੋਂ ਲੈ ਕੇ 8 ਜਾਂ 10 ਕਿਲੋਮੀਟਰ ਪ੍ਰਤੀ ਘੰਟਾ ਵੱਖ-ਵੱਖ ਇਲਾਕਿਆਂ ਵਿੱਚ ਰਫ਼ਤਾਰ ਹਵਾਵਾਂ ਦੀ ਰਹੇਗੀ ਤੇ ਇਸ ਦਰਮਿਆਨ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਆਪਾਂ ਨੂੰ ਕੱਲ ਤੜਕੇ ਸਵੇਰੇ ਕੋਰੇ ਦੇ ਕੋਰਾ ਪੈਣ ਦੇ ਅਸਰ ਵੰਡ ਰਹੇ ਨੇ ਕਈ ਹਿੱਸਿਆਂ ਦੇ ਵਿੱਚ ਕੋਰਾ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਤੱਕ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਇਹ ਜੋ ਸ਼ੀਤ ਹਵਾਵਾਂ ਚੱਲ ਰਹੀਆਂ ਨੇ ਇਹਨਾਂ ਦੇ ਚੱਲਦੇ ਪੰਜਾਬ ਦੇ ਵਿੱਚ ਕੋਰਾ ਆਪਾਂ ਨੂੰ ਆਉਣ ਵਾਲੇ 1-2 ਦਿਨਾਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਵੀ ਉਸ ਤੋਂ ਬਿਨਾ ਬੱਦਲਬਾਹੀ ਲਗਭਗ ਨਾ ਮਾਤਰ ਰਹੇਗੀ। ਮੌਸਮ ਜ਼ਿਆਦਾਤਰ ਸਾਫ਼ ਅਤੇ ਖੁਸ਼ਕ ਰਹੂਗਾ ਤੇ ਰਾਤ ਰਾਤ ਜੋ ਤਾਪਮਾਨ ਹੈ ਉਹ ਹੁਣ ਸੇ ਸਥਿਰ ਹੋ ਜਾਣਗੇ। ਹੋਰ ਇਹਨਾਂ ਦੇ ਵਿੱਚ ਗਰਾਵਟ ਲਗਭਗ ਨਾ ਆਵੇਗੀ ਤੇ ਜੋ ਤਾਪਮਾਨ ਰਹੇਗਾ ਉਹ ਲਗਭਗ 5 ਤੋਂ ਲੈ ਕੇ 8 ਡਿਗਰੀ ਦੇ ਆਸ-ਪਾਸ ਵੱਖ-ਵੱਖ ਇਲਾਕਿਆਂ ਦੇ ਵਿੱਚ ਦਰਜ ਕੀਤਾ ਜਾਵੇਗਾ। ਸੋ ਇਸ ਤੋਂ ਬਾਅਦ ਜਿਹੜੀ ਮੌਸਮ ਦੀ ਬਾਕੀ ਅਗਲੀ ਰਿਪੋਰਟ ਆਵੇਗੀ ਉਹ ਕੱਲ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਲਗਾਤਾਰ ਮੌਸਮ ਪੰਜਾਬ ਦੀ ਹਰ ਅਪਡੇਟ ਲਈ ਚੈਨਲ ਪੰਜਾਬ ਵੈਦਰ ਨਾਲ ਬਨੇ ਰਹੋ